ਕੋਰੋਨਾ ਵਾਇਰਸ ਤੇ ਅੰਕੁਰ ਨਰੂਲਾ ਫੈਲਾ ਰਿਹਾ ਹੈ ਅੰਧ ਵਿਸ਼ਵਾਸ। ਕੋਰੋਨਾ ਵਾਇਰਸ ਕੋਰੋਨਾ ਵਾਇਰਸ ਨੂੰ ਖਤਮ ਕਰਨ ਦਾ ਕਰ ਰਿਹਾ ਦਾਅਵਾ, ਪਰ ਜਲੰਧਰ ਪ੍ਰਸ਼ਾਸਨ ਨੂੰ ਨਹੀਂ ਹੈ ਕੋਈ ਪਰਵਾਹ। ਵਾਇਰਸ ਡੈਡ ਹੋ ਜਾਏ, ਪੰਜਾਬ ਮੇਂ ਡੈਡ ਹੋ ਜਾਏ, ਇੰਡੀਆ ਮੇਂ ਡੈਡ ਹੋ ਜਾਏ, ਵਰਲਡ ਮੇਂ ਡੈਡ ਹੋ ਜਾਏ, ਡੈਡ ਹੋ ਜਾਏ ਯਿਸੂ ਕੇ ਸਾਮਰਥੀ ਨਾਮ ਨਹੀਂ। ਕੋਰੋਨਾ ਵਾਇਰਸ ਦੇਖ ਮੈਂ ਜੁਤੀ ਫੇਰ ਦੂੰ ਯਿਸੂ ਮਸੀਹ ਕੇ ਨਾਮ ਨਹੀਂ, ਤੁਝਕੋ ਨਿਕਾਲ ਕੇ ਬਾਹਰ ਫੇਰ ਦੂੰ ਯਿਸੂ ਮਸੀਹ ਕੇ ਨਾਮ ਨਹੀਂ। ਆਮੀਨ ਉਚਾ ਯਿਸੂ ਟੀਚਰ। ਜਿਸ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਵਿਸ਼ਵ ਦੇ ਤਾਕਤਵਰ ਦੇਸ਼ ਅਜੇ ਤੱਕ ਕੋਈ ਡਾਕਟਰ ਇਲਾਜ ਨਹੀਂ ਲੱਭ ਸਕੇ, ਉਸ ਨੂੰ ਖਤਮ ਕਰਨ ਦਾ ਦਾਅਵਾ ਖਾਂਬਰਾ ਚਰਚ ਦਾ ਸੰਸਥਾਪਕ ਅੰਕੁਰ ਨਰੂਲਾ ਕਰ ਰਹੇ ਨੇ। ਇਸ ਭਿਆਨਕ ਵਾਇਰਸ ਨੂੰ ਲੈ ਸਰਕਾਰਾਂ ਲਗਾਤਾਰ ਸਤਰਕ ਨੇ ਤੇ ਸਖ਼ਤ ਫੁਰਮਾਨ ਵੀ ਸੁਣਾ ਰਹੀਆਂ ਨੇ। ਅਫਵਾਹਾਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਦੀ ਗੱਲ ਵੀ ਆਖ ਰਹੀਆਂ ਨੇ, ਪਰ ਬਾਵਜੂਦ ਇਸ ਦੇ ਅੰਕੁਰ ਨਰੂਲਾ ਕੋਰੋਨਾ ਵਾਇਰਸ ਦੇ ਨਾਮ ਤੇ ਅੰਧ ਵਿਸ਼ਵਾਸ ਫੈਲਾ ਰਿਹਾ ਹੈ। ਅਜਿਹੇ ਚ ਸਵਾਲ ਉੱਠਦਾ ਹੈ ਕਿ ਆਖਰ ਜਲੰਧਰ ਦਾ ਪ੍ਰਸ਼ਾਸਨ ਨਰੂਲਾ ਖਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕਰ ਰਿਹਾ। ਸਵਾਲ ਇਸ ਲਈ ਵੀ ਕਿਉਂਕਿ ਕੁਝ ਦਿਨ ਪਹਿਲਾਂ ਹੀ ਜਦੋਂ ਨੀਟੂ ਸ਼ਟਰਾਂ ਵਾਲੇ ਨੇ ਕੋਰੋਨਾ ਵਾਇਰਸ ਦੀ ਦਵਾਈ ਬਣਾਉਣ ਦਾ ਦਾਅਵਾ ਕੀਤਾ ਤਾਂ ਜਲੰਧਰ ਪੁਲਿਸ ਨੇ ਤੁਰੰਤ ਨੀਟੂ ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਪਰ ਹੁਣ ਜਦੋਂ ਅੰਕੁਰ ਨਰੂਲਾ ਅਜਿਹਾ ਦਾਅਵਾ ਕਰ ਰਿਹਾ ਤਾਂ ਜਲੰਧਰ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਦਿਖਾਈ ਦੇ ਰਿਹਾ, ਜਿਸ ਨੂੰ ਲੈ ਕੇ ਕੁਝ ਲੋਕ ਵੀ ਸਵਾਲ ਖੜੇ ਕਰ ਰਹੇ ਨੇ। ਖੈਰ, ਹੁਣ ਦੇਖਣਾ ਇਹ ਹੋਵੇਗਾ ਕਿ ਆਮ ਜਨਤਾ ਤੇ ਸਖ਼ਤੀ ਦਿਖਾਉਣ ਵਾਲਾ ਜਲੰਧਰ ਪ੍ਰਸ਼ਾਸਨ ਹੁਣ ਅੰਕੁਰ ਨਰੂਲਾ ਖਿਲਾਫ਼ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। All World Open Challenge 17 time gold medalist Mian Rafiq Mohammed Pandit Maulvi Begum Tantrik inna chora thagga to saavdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free Mian Rafiq Mohammed mobile 84374 94647 84374 94648।